नमस्कार मैं हूं अंकिता सिंह आप देख रहे हैं प्राइम न्यूज़ 24 केंद्र सरकार की तरफ से जब से कृषि कानून बनाए हैं तब से ही इन कृषि कानूनों के खिलाफ किसानों की तरफ से लगातार संघर्ष चलाया जा रहा है और तभी से ही इस संघर्ष में हर वर्ग अपना योगदान दे रहा है चाहे कोई भी वर्ग हो हर कोई किसानी संघर्ष के साथ जुड़ रहा है और ट्रैक्टर ट्रॉली बसों गाड़ियों मोटरसाइकिलों और साइकिलों पर सवार होकर दिल्ली आंदोलन में पहुंच रहे हैं लेकिन एक नौजवान ऐसा है जिला गुरदासपुर के गांव तेजविला रामिंदर सिंह कैप्टन जो कि 25 फरवरी को अपने गांव से दौड़ लगाकर 500 किलोमीटर का सफर तय कर दिल्ली बॉर्डर किसान आंदोलन में शामिल होने के लिए पहुँचेगा ਜਜਬਾ ਸਰ ਇਸ ਤਰ੍ਹਾਂ ਆ ਸਰ ਕਿ ਜਿਸ ਤਰ੍ਹਾਂ ਸਰ ਅਜ ਤੋਂ 3 ਜੋ 2-3 ਮਹੀਨੇ ਪਹਿਲਾਂ ਜਦ ਸਾਨੂੰ ਸੰਗੂ ਬਾਰਡਰ ਤੇ ਸਾਰੇ ਚ ਧਰਨ ਲੱਗਾ ਸੀ ਮੈਂ 2 ਮਹੀਨੇ ਪਹਿਲਾਂ ਸਾਰੇ ਇਸ ਵਿੱਚ ਹਿੱਸਾ ਪਾਇਆ ਸੀ ਉਸ ਤੋਂ ਬਾਅਦ ਮਹੀਨੇ ਵਾਰ ਫਿਰ ਗਿਆ ਸੀ ਤੇ ਉੱਥੇ ਦੇਖਿਆ ਕਿ ਇਸ ਇੱਥੇ ਹਰ ਤਰ੍ਹਾਂ ਦੇ ਲੋਕ ਬੱਚੇ ਨੌਜਵਾਨ ਬੁੱਢੇ ਆਪਣੇ ਆਪਣੇ ਤਰੀਕੇ ਨਾਲ ਹਿੱਸਾ ਪਾ ਰਹੇ ਨੇ ਤੇ ਮੈਂ ਵੀ ਸੋਚਿਆ ਕਿ ਮੈਂ ਮੈਂ ਕਿਉਂ ਨਾ ਆਪਣੀ ਵੀ ਮੈਂ ਮੈਂ ਵੀ ਆਪਣੇ ਤਰੀਕੇ ਨਾਲ ਕਿਸੇ ਜਗਤਨ ਪਾ ਸਕਾਂ ਤੇ ਉਸ ਦਿਨ ਤੋਂ ਮੈਂ ਫੈਸਲਾ ਕੀਤਾ ਕਿ ਮੈਂ ਪਿੰਡ ਵੀ ਲੈ ਤੇ ਜਾ ਤੋ ਸੰਗੂ ਬਾਰ ਦੌੜ ਕੇ ਜਾਵਾਂਗਾ ਇਸ ਵਕਤ ਮੇਰੀ 30-35 ਕਿਲੋ ਪ੍ਰੈਕਟਿਸ ਹੈ ਤੇ ਜੋ ਮੈਂ ਇੱਕ ਦਿਨ ਦੇ ਵਿੱਚ 50 ਕਿਲ

500 किलोमीटर के सफर में रोजाना 50 किलोमीटर दौड़ लगाकर सफर तय करूंगा और 10 दिन में दिल्ली पहुंच जाऊंगा मेरे साथ छह मेंबर की टीम जा रही है जिसमें एक डॉक्टर भी है मेरा मकसद केंद्र की सरकार को संदेश देना है कि पंजाब का नौजवान कुछ भी करने के लिए तैयार है किसानी किसान करे लोचे जियो लाए हल जोते ਕਿਰਤੀ ਕੋਈ ਹਰ ਇੱਕ ਵਰਗ ਹੋ ਸਕਦਾ ਹੈ ਭਾਵੇਂ ਕਿਸਾਨ ਹੈ ਭਾਵੇਂ ਮਿਹਨਤ ਕਸ਼ ਮਜ਼ਦੂਰ ਹਨ ਅਤੇ ਭਾਵੇਂ ਕੋਈ ਦੁਕਾਨਦਾਰ ਹੈ ਸਾਰੇ ਹੀ ਆਪੋ ਆਪਣਾ ਜੇਕਰ ਕਿੱਤਾ ਕਰਦੇ ਨੇ ਤੇ ਉਸ ਕਿੱਤੇ ਦੇ ਵਾਸਤੇ ਆਪਣੇ ਆਪਣੇ ਜਿਹੜੇ ਬੱਚਿਆਂ ਵਾਸਤੇ ਉਹ ਕਿੱਤੇ ਕਰਦੇ ਨੇ ਪੁੱਤ ਧੀਆਂ ਦੇ ਵਾਸਤੇ ਕਰਦੇ ਨੇ ਜੇਕਰ ਉਸ ਕਿੱਤੇ ਦੇ ਵਿੱਚ ਕੋਈ ਰੁਕਾਵਟ ਆਉਂਦੀ ਹੈ ਤੇ ਉਹ ਉਸ ਦੇ ਵਾਸਤੇ ਬਗਾਵਤ ਵੀ ਕਰਦੇ ਹਨ ਇਸ ਤਰ੍ਹਾਂ ਕਿਸਾਨਾਂ ਦੇ ਵਾਸਤੇ ਜੋ ਸਰਕਾਰ ਨੇ ਰੁਕਾਵਟਾਂ ਪਾਈਆਂ ਨੇ ਇਹ ਤਿੰਨ ਕਾਲੇ ਕਾਨੂੰਨ ਲਿਆਂਦੇ ਹਨ ਉਹਨਾਂ ਦੇ ਵਾਸਤੇ ਕਿਸਾਨਾਂ ਨੇ ਵੱਖਰੇ ਤੌਰ ਤੇ ਜੋ ਬਗਾਵਤ ਕੀਤੀ ਹੈ ਤੇ ਉਸ ਦੇ ਵਿੱਚ ਵੱਖ-ਵੱਖੀ ਯੋਗਦਾਨ ਪਾ ਰਹੇ ਨੇ ਸਾਡਾ ਵੀਰ ਕੈਪਟਨ ਰਮਿੰਦਰ ਸਿੰਘ ਨਗਰ ਨੂੰ ਇਸ ਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਇਹਨੇ ਵੀ ਆਪਣੇ ਵੱਲੋਂ ਜੋ ਦੌੜ ਕੇ ਜਾਣ ਦਾ ਪ੍ਰੋਗਰਾਮ ਬਣਾਇਆ ਹੈ ਬਹੁਤ ਸ਼ਲਾਘਾਯੋਗ ਕਦਮ ਹੈ ਅਸੀਂ ਸਾਰਾ ਹੀ ਨਗਰ ਇਹਦੇ ਮਾਣ ਮਹਿਸੂਸ ਕਰਦੇ ਹਾਂ ਜੀ वहीं गाँव वासियों का भी साथ रामेंद्र को मिल रहा है गाँव के लोग रामेंद्र का हर तरह से साथ दे रहे हैं गांव के सरपंच और गांव निवासियों का कहना है कि हमें नामिंदर सिंह पर मान है जो उसने इस तरह दौड़ लगाकर कर किसानी आंदोलन में पहुंचने का फैसला किया है और पूरा गांव इस नौजवान के साथ है इसको हर तरह से मदद की जाएगी ताकि रामिंदर सिंह कैप्टन अपने मकसद में कामयाब हो सके जतेंदर कुंडल की रिपोर्ट वालों वालों ਇਹਦਾ ਵੱਡੇ ਪੱਧਰ ਤੇ ਸੁਜੋਗ ਕੀਤਾ ਜਾ ਰਿਹਾ ਵਾ ਔਰ ਸਾਡੇ ਲਈ ਪਿੰਡ ਵਾਸਤੇ ਸਾਡੇ ਜ਼ਿਲ੍ਹੇ ਵਾਸਤੇ ਸਾਡੇ ਪੰਜਾਬ ਲਈ ਬੜੀ ਮਾਣ ਵਾਲੀ ਗੱਲ ਆ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਇਹ ਨੌਜਵਾਨ ਦੌੜ ਲਾ ਕੇ ਇੱਕ ਮਿਸਾਲ ਕਾਇਮ ਕਰਨੀ ਚਾਹੁੰਦਾ ਔਰ ਮੋਦੀ ਸਰਕਾਰ ਨੂੰ ਸਮਝ ਆ ਵੀ ਇਨੇ ਸਖਤ ਇਰਾਦੇ ਨੇ ਕਿਸਾਨ ਦੇ ਕਿਸਾਨ ਦੇ ਬੱਚਿਆਂ ਦੇ ਔਰ ਇਹ ਜਿੰਨੀ ਦੇਰ ਤੱਕ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਆਪਣਾ ਇਸੇ ਢੰਗ ਤਰੀਕੇ ਨਾਲ ਇਸ ਕਾਲੇ ਕਾਨੂੰਨਾਂ ਦੇ ਖਿਲਾਫ ਯੋਗਦਾਨ ਪਾਉਂਦੇ ਰਹਿਣ